ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। Mr. Singh Productions presents ਪਰਮ ਸਤਿਕਾਰਯੋਗ ਜੋਗੋ ਜੋਗੋ ਟਲ ਚਬਰ ਛਤਰ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ 'ਚ ਬੈਠੇ ਸਰਬੱਤ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸਾਰੇ ਫਤਿਹ ਦੀ ਸਾਂਝ ਪਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਸਾਰੇ ਬਹੁਤ ਹੀ ਧੰਨਤਾ ਦੇ ਯੋਗ ਹਾਂ ਜੋ ਸੰਤ ਬਾਬਾ ਅਮਰਜੀਤ ਸਿੰਘ ਜੀ ਜਿਨ੍ਹਾਂ ਦੀ ਨਿੱਘੀ ਯਾਦ ਨੂੰ ਤਾਜ਼ਾ ਕਰਦੇ ਹੋਏ ਇਹ ਗੁਰਮਤਿ ਸਮਾਗਮ ਹੋ ਰਹੇ ਹਨ। ਔਰ ਤੁਸੀਂ ਜਿੱਥੇ ਗੁਰੂ ਦਾ ਜਸ ਕੀਰਤਨ ਸਰਵਣ ਕਰ ਰਹੇ ਹੋ ਔਰ ਵਿਦਵਾਨਾਂ ਪਾਸੋਂ ਮਹਾਨ ਸੰਤ ਮਹਾਂਪੁਰਸ਼ਾਂ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਦੀ ਸਾਂਝ ਜਿਹੜੀ ਹੈ ਤੁਹਾਡੇ ਨਾਲ ਪਾਈ ਜਾਂਦੀ ਹੈ ਔਰ ਮੈਂ ਸਮਝਦਾ ਕਿ ਸਾਨੂੰ ਐਸਾ ਸਮਾਂ ਜਿਹੜਾ ਹੈ ਬੜੇ ਕਰਮਾਂ ਕਰਕੇ ਮਿਲਦਾ ਹੈ ਜਦੋਂ ਕਿ ਐਸੇ ਮਹਾਂਪੁਰਸ਼ਾਂ ਦੇ ਜੀਵਨ ਤੋਂ ਸਿੱਖਿਆ ਲੈਣ ਦੇ ਲਈ ਆਪਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਔਰ ਗੁਰੂ ਜਸ ਕੀਰਤਨ ਸਰਵਣ ਕਰਦੇ ਹਾਂ। ਮੈਥੋਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਉਹ ਵੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਕੇ ਗਏ ਨੇ ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣੇ ਹੁਣੇ ਰਾਣਾ ਜੀ ਨੇ ਔਰ ਤੁਹਾਡੇ ਨਾਲ ਸਿੱਖ ਬਸਲਿਆਂ ਵਾਸਤੇ ਔਰ ਗੁਰਮਤਿ ਦੀਆਂ ਜੋ ਵਿਚਾਰਾਂ ਨੇ ਜੋ ਅੱਜ ਦਾ ਸਮਾਂ ਉਹਦੇ ਲਈ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਔਰ ਸਟੇਜ 'ਤੇ ਗੁਰੂ ਕੀ ਹਜ਼ੂਰੀ ਦੇ ਵਿੱਚ ਬਿਰਾਜਮਾਨ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਔਰ ਹੋਰ ਸਾਰੇ ਸੰਤ ਮਹਾਤਮਾ ਟਕਸਾਲਾਂ ਦੇ ਮੁਖੀ ਸਾਰੇ ਬਿਰਾਜਮਾਨ ਨੇ ਕਿਉਂਕਿ ਮਹਾਂਪੁਰਖਾਂ ਦਾ ਜੀਵਨ ਜਿਹੜਾ ਹੁੰਦਾ ਉਹ ਬਹੁਤ ਪਰਉਪਕਾਰੀ ਜੀਵਨ ਹੁੰਦਾ ਲੋਕਾਂ ਲਈ ਆਪਣਾ ਸਾਰਾ ਜੀਵਨ ਜਿਹੜਾ ਹੈ ਉਹ ਸਮਰਪਿਤ ਹੁੰਦਾ ਸੰਗਤ ਵਾਸਤੇ ਸਾਰਾ ਜੀਵਨ ਲਾ ਕੇ ਜਾਂਦੇ ਨੇ ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਐਸਾ ਜੀਵਨ ਜਿਹੜਾ ਮਨੁੱਖ ਨੂੰ ਮਿਲਦਾ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਉਹ ਵਡਭਾਗੀ ਪਾਏ ਕਿਸੇ ਵੱਡੇ ਭਾਗਾਂ ਵਾਲਿਆਂ ਦੇ ਹਿੱਸੇ ਜਿਹੜਾ ਐਸਾ ਜੀਵਨ ਹੁੰਦਾ ਸੋ ਮੈਂ ਸਮਝਦਾ ਹੋਰ ਹੀ ਬਹੁਤ ਵੱਡੀ ਖੁਸ਼ੀ ਹੈ ਕਿ ਅੱਜ ਦਮਦਮੀ ਟਕਸਾਲ ਤੋਂ ਬਰੋਸਾਏ ਹੋਏ ਔਰ ਉਹਨਾਂ ਤੋਂ ਵਿੱਦਿਆ ਪ੍ਰਾਪਤ ਕਰਕੇ ਸੰਤ ਬਾਬਾ ਬੰਤਾ ਸਿੰਘ ਜੀ ਸੰਤ ਬਾਬਾ ਜੀਵਾ ਸਿੰਘ ਜੀ ਔਰ ਜਿਹੜੇ ਸਿੱਖ ਸੰਗਤਾਂ ਦੀ ਬੜੀ ਸੇਵਾ ਕਰਦੇ ਨੇ ਜਿਵੇਂ ਹੁਣੇ ਕਹਿ ਕੇ ਗਏ ਨੇ ਕਿ ਉਹ ਕੌਮ ਦੇ ਹੀਰੇ ਕਹਿ ਲਈਏ ਤਾਂ ਅਤ ਕਥਨੀ ਨਹੀਂ ਔਰ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾ ਕੇ ਕਥਾ ਵਿਖਿਆਰ ਦੇ ਨਾਲ ਗੁਰਮਤਿ ਦੇ ਨਾਲ ਸਿੱਖੀ ਦੇ ਨਾਲ ਸੰਗਤ ਨੂੰ ਜੋੜਨਾ ਇਹ ਵੀ ਵੱਡੇ ਕਰਮਾਂ ਦੀ ਵੀ ਨਿਸ਼ਾਨੀ ਹੋਇਆ ਕਿਸੇ ਕਿਸੇ ਦੇ ਹਿੱਸੇ ਵੀ ਆਉਂਦੀ ਹੈ ਔਰ ਮੈਂ ਸਮਝਦਾ ਸਿੱਖੀ ਦੀ ਬਹੁਤ ਵੱਡੀ ਜਿਹੜੀ ਹੈ ਇਹ ਸੇਵਾ ਹੈ ਸੋ ਅੱਜ ਆਪਾਂ ਸਾਰੇ ਬਹੁਤ ਵੱਡੀ ਲੋੜ ਹੈ ਜਿਵੇਂ ਅੱਜ ਨੌਜਵਾਨਾਂ ਨੂੰ ਔਰ ਸਾਡੀ ਨਵੀਂ ਜਨਰੇਸ਼ਨ ਨੂੰ ਸਿੱਖੀ ਦੇ ਨਾਲ ਜੋੜਨਾ ਗੁਰਮਤਿ ਦੇ ਧਾਰਨੀ ਬਣਨਾ ਸਿੱਖੀ ਦੇ ਧਾਰਨੀ ਬਣਨਾ ਬਾਣੀ ਔਰ ਬਾਣੀ ਦੇ ਨਾਲ ਜੋੜਨਾ ਮੈਂ ਸਮਝਦਾ ਇਹਦੇ ਵਿੱਚ ਬਹੁਤ ਵੱਡਾ ਹਿੱਸਾ ਟਕਸਾਲ ਦਾ ਹੈ ਔਰ 6 ਤਰੀਕ ਨੂੰ ਆਪਾਂ ਸਮਝਦੇ ਹਾਂ ਵੱਡਾ ਘੱਲੂਘਾਰਾ ਜਿਹੜਾ ਤੀਜਾ ਹੋਇਆ
ਔਰ ਮਰਦੇ ਮੁਜਾਹਦ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਯਾਦ ਨੂੰ ਆਪਾਂ ਤਾਜ਼ਾ ਕਰਨਾ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਉੱਥੇ ਪਹੁੰਚ ਕੇ ਆਪਣੀ ਸ਼ਰਧਾ ਅਤੇ ਸਤਿਕਾਰ ਭੇਟ ਕਰਨਾ। ਸੋ ਅੱਜ ਕਿਉਂਕਿ ਹੁਣੀ ਮੈਂ ਸੁਲਤਾਨਪੁਰ ਲੋਧੀ ਤੋਂ ਬਹੁਤ ਸਾਰੇ ਕਾਰਜਾਂ ਦੀ ਆਰੰਭਤਾ ਕਰਕੇ ਆਇਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਗੁਰਮਤਿ ਸਮਾਗਮ ਹੋ ਰਹੇ ਨੇ ਉਹ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਿਨ੍ਹਾਂ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਉਹ ਸ਼ਤਾਬਦੀ ਜਿਹੜੀ ਹੈ ਅਗਲੇ ਸਾਲ ਆਉਣੀ ਹੈ, ਜਿਹੜੀਆਂ ਬੜੀਆਂ ਵਿਸ਼ਵ ਪੱਧਰ 'ਤੇ ਸਾਰੀਆਂ ਸਿੱਖ ਸੰਗਤਾਂ ਨੇ ਔਰ ਬਹੁਤ ਸਤਿਕਾਰ ਦੇ ਨਾਲ ਮਨਾਉਣਾ ਹੈ। ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਵੱਡੀ ਸਿੱਖਿਆ ਦੇ ਕੇ ਗਏ ਨੇ, ਇੱਕ ਮਿਸ਼ਨ ਸੰਸਾਰ ਨੂੰ ਦੇ ਕੇ ਗਏ ਨੇ, ਇੱਕ ਵਿਚਾਰਧਾਰਾ ਸਾਨੂੰ ਦੇ ਕੇ ਗਏ ਨੇ, ਇੱਕ ਨਿਰਮਲ ਪੰਥ ਦੀ ਸਥਾਪਨਾ ਜੇ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ ਆਰੰਭਤਾ ਉਹ ਪੰਥ ਦੀ ਕੀਤੀ। ਸੋ ਅੱਜ ਸਾਨੂੰ ਲੋੜ ਹੈ ਕਿ ਅਸੀਂ ਉਸ ਮਿਸ਼ਨ ਦੇ ਨਾਲ ਜੁੜੀਏ, ਉਹਨਾਂ ਦੇ ਵਿਚਾਰਧਾਰਨਾ ਦੇ ਧਾਰਨੀ ਬਣੀਏ। ਇਹ ਹੀ ਸਭ ਤੋਂ ਅੱਜ ਮੈਂ ਸਮਝਦਾ ਸਮੇਂ ਦੀ ਵੱਡੀ ਲੋੜ ਹੈ, ਕਿਉਂਕਿ ਗੁਰੂ ਸਾਹਿਬ ਨੇ 10 ਜਾਮੇ ਧਾਰਨ ਕੀਤੇ। 10 ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਔਰ ਨਾਲ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ। ਅੱਜ ਵੀ ਟਕਸਾਲ ਦੇ ਪੰਜ ਪਿਆਰੇ ਜਿਹੜੇ ਦਮਦਮੀ ਟਕਸਾਲ ਦੇ ਇੱਥੇ ਪਹੁੰਚੇ ਨੇ, ਬਹੁਤ ਸਾਰੇ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋਣੀ ਹੈ। ਅੰਮ੍ਰਿਤ ਬਾਣ ਤਿਆਰ ਛੱਕ ਕੇ ਤਿਆਰ ਵਰਤਿਆਰ ਸਿੰਘਾਂ ਨੇ ਸਜਣਾ। ਅੱਜ ਲੋੜ ਹੈ ਕਿ ਅਸੀਂ ਬਾਣੀ 'ਤੇ ਧਾਰਨੀ ਬਣੀਏ, ਅੰਮ੍ਰਿਤ ਛੱਕ ਕੇ ਤਿਆਰ ਵਰਤਿਆਰ ਸਿੰਘ ਸਜੀਏ। ਸੋ ਇਹ ਹੀ ਇੱਥੇ ਸਾਡਾ ਆਪਣਾ ਜੀਵਨ ਵੀ ਚੰਗਾ ਬਣਦਾ, ਜੀਵਨ ਦੇ ਵਿੱਚ ਚੰਗੀਆਂ ਮਰਿਆਦਾ ਦਾ ਧਾਰਨੀ ਬਣਦਿਆਂ ਉੱਥੇ ਮੈਂ ਸਮਝਦਾ ਸਾਡਾ ਸਮਾਜ ਦੇ ਵਿੱਚ ਜੋ ਕੁਰੀਤੀਆਂ ਨੇ ਪੈੜਾਂ ਨੇ ਉਹ ਸਾਰੀਆਂ ਦੂਰ ਹੁੰਦੀਆਂ ਨੇ। ਸਾਡੇ ਨੌਜਵਾਨ ਬੱਚੇ ਨੇ ਜਿਹੜੇ ਉਹ ਨਸ਼ਿਆਂ ਤੋਂ ਬਚਦੇ, ਨਸ਼ਿਆਂ ਤੋਂ ਰਹਿਤ ਹੁੰਦੇ ਨੇ। ਸੋ ਸਭ ਤੋਂ ਵੱਡੀ ਲੋੜ ਜਿਹੜੀ ਹੈ ਇਸ ਗੱਲ ਦੀ ਹੈ ਕਿ ਅਸੀਂ ਗੁਰਮੁਖ ਦੇ ਧਾਰਨੀ ਬਣੀਏ। ਸੋ ਮੈਂ ਜਿੱਥੇ ਇੱਥੇ ਆ ਕੇ ਆਪ ਨੂੰ ਬਹੁਤ ਧੰਨਤਾ ਦੇ ਯੋਗ ਸਮਝਦਾ ਸੰਤ ਬਾਬਾ ਜੀ ਨੂੰ, ਜਿਹੜੇ ਮਹਾਨ ਔਰ ਕਿਰਪਾ ਕਰਕੇ ਗਏ ਨੇ ਸਾਰੀ ਸੰਗਤ ਦੇ, ਜਿਨ੍ਹਾਂ ਦੇ ਇਸ ਸਥਾਨ 'ਤੇ ਆਏ ਹਾਂ, ਜਿਨ੍ਹਾਂ ਨੇ ਬੜੀ ਤਪੱਸਿਆ ਕੀਤੀ ਹੈ, ਉਹਨਾਂ ਨੂੰ ਵੀ ਆਪਣੇ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸ਼ਰਧਾ ਦੇ ਸਤਿਕਾਰ ਭੇਟ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।